ਸਤਿ ਸ਼੍ਰੀ ਅਕਾਲ ਦਰਸ਼ਕੋ, ਮੈਂ ਮਨਮੀਤ ਕੌਰ ਲੈ ਕੇ ਹਾਜ਼ਰ ਹੋਈ ਹਾਂ ਪ੍ਰੋਗਰਾਮ ਸਿਤਾਰੇ ਨਾਲ ਗੱਲਬਾਤ, ਅਤੇ ਤੁਹਾਡੇ ਸਾਰਿਆਂ ਦਾ ਸਵਾਗਤ ਕਰਨੀ ਆ ਸਾਡੇ ਇਸ ਖਾਸ ਸ਼ੋਅ ਵਿੱਚ। ਦਰਸ਼ਕੋ, ਅੱਜ ਜਿਹੜੇ ਕਲਾਕਾਰ ਨਾਲ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ, ਉਹ ਨੇ ਜੀ ਥੀਏਟਰ ਆਰਟਿਸਟ ਅਮਿਤ ਬਰਾੜ ਜੀ। ਸਰ, ਸਤਿ ਸ਼੍ਰੀ ਅਕਾਲ, ਤੁਹਾਡਾ ਸਵਾਗਤ ਸਾਡੇ ਸ਼ੋਅ ਵਿੱਚ। ਥੈਂਕ ਯੂ ਸੋ ਮਚ ਸਰ। ਸਭ ਤੋਂ ਪਹਿਲਾਂ ਅਸੀਂ ਤੁਹਾਡੇ ਫੈਮਿਲੀ ਬੈਕਗਰਾਉਂਡ ਬਾਰੇ ਜਾਣਨਾ ਚਾਹਾਂਗੇ। ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਅਤੇ ਤੁਹਾਡੀ ਫੈਮਿਲੀ ਵਿੱਚ ਕੌਣ ਕੌਣ? ਮੈਂ ਬੇਸਿਕਲੀ ਜਲੰਧਰ ਤੋਂ ਹੀ ਹਾਂ, ਅਤੇ ਫੈਮਿਲੀ ਵਿੱਚ ਮੋਮ ਨੇ, ਡੈਡ ਨੇ, ਇੱਕ ਬ੍ਰਦਰ, ਇੱਕ ਸਿਸਟਰ ਨੇ ਅਤੇ ਗ੍ਰੈਂਡ ਮਦਰ ਨੇ ਨਾਲ ਜੀ। ਸਰ ਜੀ, ਗੱਲ ਕਰੀਏ ਐਕਟਿੰਗ ਦੀ। ਹਾਂਜੀ, ਅਤੇ ਤੁਹਾਨੂੰ ਸ਼ੌਂਕ ਕਿੱਦਾਂ ਪੈਦਾ ਹੋਇਆ ਐਕਟਿੰਗ ਦਾ? ਐਕਟਿੰਗ ਦਾ ਸ਼ੌਂਕ ਇੱਦਾਂ ਕਿ ਪਹਿਲਾਂ ਮੈਂ ਕ੍ਰਿਕਟਰ ਬਣਨਾ ਚਾਹੁੰਦਾ ਸੀ ਜੀ, ਮੈਂ ਕਾਫੀ ਸਾਰ ਕ੍ਰਿਕਟ ਖੇਲਿਆ, ਫਿਰ ਉਸ ਤੋਂ ਬਾਅਦ ਕੁਛ ਸਿਚੁਏਸ਼ਨ ਇੱਦਾਂ ਦੀ ਆ ਗਈ ਕਿ ਮੈਨੂੰ ਕ੍ਰਿਕਟ ਛੱਡਣਾ ਪਿਆ, ਅਤੇ ਫਿਰ ਇੱਕ ਸਾਲ ਫ੍ਰੀ ਰਹਿਣ ਤੋਂ ਬਾਅਦ ਮੈਂ ਰਿਲਾਈਜ਼ ਕੀਤਾ ਕਿ ਮੈਨੂੰ ਕੁਛ ਅਲੱਗ ਕਰਨਾ ਚਾਹੀਦਾ, ਇਸ ਕਰਕੇ ਫਿਰ ਮੈਂ ਥੀਏਟਰ ਵੱਲ ਆਇਆ। ਥੀਏਟਰ ਦਾ ਕੁਛ ਪਤਾ ਨਹੀਂ ਸੀ ਕਿ ਐਕਟਿੰਗ ਹੁੰਦੀ ਕੀ ਹੈ ਜੀ। ਫਿਰ ਇੱਦਾਂ ਹੀ ਮੈਨੂੰ ਇੱਕ ਯੁਵਾ ਥੀਏਟਰ ਦਾ ਨਾਮ ਦਾ ਗਰੁੱਪ ਹੈਗਾ, ਅਤੇ ਉਹਨਾਂ ਨਾਲ ਮੈਂ ਕੰਟੈਕਟ ਕੀਤਾ ਜਾ ਕੇ, ਅਤੇ ਉੱਥੇ ਜਾ ਕੇ ਮੈਨੂੰ ਪਤਾ ਲੱਗਾ ਕਿ ਮਤਲਬ ਐਕਟਿੰਗ ਕਿੱਦਾਂ ਕਰੀਦੀ। ਪਹਿਲਾਂ ਤਾਂ ਮੈਂ ਘਬਰਾ ਗਿਆ ਸੀ ਕਾਫੀ ਐਕਟਿੰਗ ਦੇਖ ਕੇ, ਅਤੇ ਇੱਦਾਂ ਡਾਕਟਰ ਅੰਕੁ ਸ਼ਰਮਾ ਹੈਗੇ ਆ ਯੁਵਾ ਥੀਏਟਰ ਦੇ ਜਿਹੜੇ ਡਾਇਰੈਕਟਰ ਨੇ, ਉਹਨਾਂ ਨੇ ਮੈਨੂੰ ਕਾਫੀ ਕੁਛ ਸਿਖਾਏ ਨਵੀਂ ਚੀਜ਼ਾਂ ਥੀਏਟਰ ਬਾਰੇ, ਐਕਟਿੰਗ ਬਾਰੇ, ਅਤੇ ਅੱਜ ਆਪਾਂ ਕਰ ਰਹੇ ਹਾਂ ਐਕਟਿੰਗ, ਸਿੱਖ ਰਹੇ ਹਾਂ ਜੀ ਵੀ ਸਿੱਖ ਹੀ ਰਹੇ ਹਾਂ। ਅਤੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਸ ਫੀਲਡ ਨਾਲ ਜੁੜੇ ਹੋਏ? ਇਸ ਫੀਲਡ ਨਾਲ ਜੁੜੇ ਹੋਏ ਮੈਂ 2012 ਵਿੱਚ ਮੈਂ ਜੁੜਿਆ ਸੀ ਜੀ, ਅਤੇ 2 ਸਾਲ ਥੀਏਟਰ ਕਰਨ ਤੋਂ ਬਾਅਦ ਮੈਂ ਉਸ ਤੋਂ ਬਾਅਦ ਮੈਂ ਕਿਹਾ ਇਹਨੂੰ ਜਿਹੜੇ ਐਕਟਿੰਗ ਹੈਗੀ ਇਹਨੂੰ ਮੈਂ ਥੀਏਟਰਿਕਲੀ ਸਮਝਣਾ ਚਾਹੁੰਦਾ ਸੀ, ਮਤਲਬ ਹਿਸਟਰੀ ਬਾਰੇ, ਇਹਦੇ ਬੈਕਗਰਾਊਂਡ ਬਾਰੇ, ਅਤੇ ਫਿਰ ਮੈਂ APJ 'ਚ ਐਡਮਿਸ਼ਨ ਲਈ ਜਾ ਕੇ ਉੱਥੇ ਮੈਂ ਥੀਏਟਰ ਦਾ ਉਹ ਕਰ ਰਿਹਾ ਸੀ, ਡਿਗਰੀ ਕਰ ਰਿਹਾ ਜੀ। ਹਾਂਜੀ, ਠੀਕ ਹੈ। ਅਤੇ ਜਿੱਦਾਂ ਅਸੀਂ ਐਕਟਿੰਗ ਕਰਦੇ ਹਾਂ ਉਹ ਸਾਨੂੰ ਕਰੈਕਟਰ ਜਿੱਦਾਂ ਮਿਲਦੇ ਨੇ, ਕਈ ਵਾਰੀ ਸਾਨੂੰ ਕਮੇਡੀ ਕਰਨੀ ਪੈ ਜਾਂਦੀ ਹੈ, ਕਈ ਵਾਰੀ ਇਮੋਸ਼ਨ ਕਰਨਾ ਪੈ ਜਾਂਦਾ ਨਾ, ਅਤੇ ਕਿੱਦਾਂ ਮੈਨੇਜ ਕਰਦੇ ਫਿਰ ਹਰ ਇੱਕ ਕਰੈਕਟਰ ਨੂੰ ਕਰਨਾ? ਮੈਨੇਜ ਇਨ ਦਾ ਸੈਂਸ ਕਿ ਜਿੱਦਾਂ ਮਤਲਬ ਕਿ ਐਕਟਿੰਗ ਇੱਕ ਪ੍ਰੋਫੈਸ਼ਨ ਹੀ ਹੈਗਾ, ਜਿੱਦਾਂ ਕਿ ਡਾਕਟਰੀ ਹੋ ਗਈ, ਇੰਜੀਨੀਅਰਿੰਗ ਹੋ ਗਿਆ, ਕਿ ਮਤਲਬ ਪ੍ਰੈਕਟਿਸ ਕਰ ਕਰਕੇ ਹੀ ਪਤਾ ਲੱਗ ਜਾਂਦਾ ਕਿ ਮਤਲਬ ਚੀਜ਼ਾਂ ਆਸਾਨ ਹੋਣ ਲੱਗ ਪੈਂਦੇ ਹੌਲੀ ਹੌਲੀ। ਬਾਕੀ ਥੋੜ੍ਹੀ ਬਹੁਤੀ ਪ੍ਰੋਬਲਮ ਜਿਹੜੀ ਆਉਂਦੀ ਉਹ ਜਿੱਦਾਂ ਸਾਡੇ ਮੈਂਟਰ ਹੁੰਦੇ ਨੇ ਉਹ ਸਾਨੂੰ ਸਿਖਾ ਦਿੰਦੇ ਨੇ ਕਿੱਦਾਂ ਕਿ ਕਰੈਕਟਰ ਨੂੰ ਅਬਜ਼ਰਵ ਕਰਨਾ ਹੈਗਾ, ਕਿੱਦਾਂ ਉਹ ਡਾਇਲੋਗ ਬੋਲਣਾ, ਡਾਇਲੋਗ ਡਿਲੀਵਰੀ ਕਿੱਦਾਂ ਦੀ ਹੋਣੀ ਚਾਹੀਦੀ ਹੈ, ਇੱਦਾਂ ਫਿਰ ਤਾਂ ਹੌਲੀ ਹੌਲੀ ਕਰਕੇ ਪਤਾ ਲੱਗ ਜਾਂਦਾ। ਹਾਂਜੀ, ਅਤੇ ਹੁਣ ਤੱਕ ਤੁਹਾਨੂੰ ਸਭ ਤੋਂ ਜ਼ਿਆਦਾ ਸਪੋਰਟ ਕਿਹਨੇ ਕੀਤਾ ਇਸ ਫੀਲਡ ਵਿੱਚ? ਸਪੋਰਟ ਤਾਂ ਮੈਂ ਹਜੇ ਤੱਕ ਤਾਂ ਆਪਣੇ ਆਪ ਨੂੰ ਆਪ ਹੀ ਧੱਕਾ ਲਾ ਰਿਹਾ ਵਾਂ ਜੀ, ਅਤੇ ਘਰਦੇ ਤਾਂ ਕਾਫੀ ਕਹਿ ਰਹੇ ਕਿ 9 to 5 ਜੋਬ ਕਰਿਆ ਕਰ, ਕਿ ਮਤਲਬ ਸਿਕਿਓਰ ਕਰ ਫਿਊਚਰ ਆਪਣਾ, ਕਿਉਂਕਿ ਤੁਹਾਨੂੰ ਪਤਾ ਜਿਹੜੀ ਆਰਟਿਸਟ ਲਾਈਨ ਹੈਗੀ ਹੈ ਅਤੇ ਇਹ ਸਟੇਬਲ ਨਹੀਂ ਹੈਗੀ, ਕਿ ਅਗਲੇ ਤੁਹਾਡੇ ਕੋਲ ਕੰਮ ਹੈਗਾ ਕਿ ਮਤਲਬ ਕੰਮ ਨਹੀਂ ਵੀ ਹੈਗਾ ਜੀ, ਬਿਲਕੁਲ। ਪਰ ਇਸ ਕਰਕੇ ਘਰ ਦੇ ਵੀ ਆਪਣੀ ਜਗ੍ਹਾ ਸਹੀ ਨੇ, ਉਹ ਸਹੀ ਚਾਹੁੰਦੇ ਨੇ, ਪਰ ਕਿਉਂਕਿ ਕੋਈ ਗੋਡਫਾਦਰ ਤਾਂ ਹੈ ਨਹੀਂ, ਖੁਦ ਹੀ ਲੱਗੇ ਹੋਏ ਇਸ ਲਾਈਨ 'ਚ, ਬਾਕੀ ਘਰੋਂ ਨਿਕਲਣਾ ਪੈਣਾ, ਕਿਤੇ ਨਿਕਲਾਂਗੇ ਤਾਂ ਹੀ ਕਿਤੇ ਪਹੁੰਚਾਂਗੇ ਜਾ ਕੇ ਜੀ, ਉਹ ਤਾਂ ਹੈ। ਇਸ ਕਰਕੇ ਲੱਗੇ ਹੋਏ ਹਾਂ, ਆਪਣਾ ਸ਼ੌਂਕ ਪੂਰਾ ਕਰ ਰਹੇ ਹਾਂ ਜੋ ਡ੍ਰੀਮ ਹੈਗਾ ਜੀ, ਬਿਲਕੁਲ। ਅਤੇ ਕਈ ਵਾਰ ਇੱਦਾਂ ਸੈੱਟ 'ਤੇ ਜਾਂ ਸ਼ੂਟਿੰਗ ਦੌਰਾਨ ਹੈ ਨਾ, ਕੋਈ ਵੀ ਇੱਦਾਂ ਦਾ ਇੰਸੀਡੈਂਟ ਹੋ ਜਾਂਦਾ ਵੀ ਸਾਨੂੰ ਬਹੁਤ ਦਿਲ ਦੇ ਕਰੀਬ ਹੋ ਜਾਂਦਾ, ਇੱਕ ਮੈਮਰੀ ਬਣ ਜਾਂਦਾ ਲਾਈਫ ਨਾ, ਅਤੇ ਤੁਹਾਡੇ ਨਾਲ ਵੀ ਕੋਈ ਇੱਦਾਂ ਦਾ ਇੰਸੀਡੈਂਟ ਹੋਇਆ ਤੁਹਾਡੇ ਵਾਸਤੇ ਮਤਲਬ ਕਿ ਮੈਮਰੀ ਹੋਏ, ਤੁਹਾਨੂੰ ਹਮੇਸ਼ਾ ਯਾਦ ਰਹੇ ਉਹ ਚੀਜ਼? ਇੰਸੀਡੈਂਟ ਤਾਂ ਬਹੁਤ ਨੇ, ਪਰ ਹੁਣ ਕਈ ਦੱਸਣ ਵਾਲੇ ਨੇ ਹੈਗੇ, ਉੱਦਾਂ ਤਾਂ ਮੇਰੇ ਨਾਲ ਕਾਫੀ ਇੰਸੀਡੈਂਟ ਹੋਏ ਨੇ। ਇੱਕ ਇੰਸੀਡੈਂਟ ਇੱਦਾਂ ਦਾ ਸੀ ਕਿ ਡਾਇਲੋਗ ਮੈਂ ਭੁੱਲ ਗਿਆ ਸੀ ਜੀ, ਅਤੇ ਮੈਂ ਥੋੜ੍ਹੀ ਦੇਰ ਵਾਸਤੇ ਅਤੇ ਉਹਦੇ ਅੱਖਾਂ 'ਚ ਦੇਖਦਾ ਰਿਹਾ, ਮਤਲਬ ਮੈਂ ਐਕਟਿੰਗ ਕਰ ਰਿਹਾ ਸੀ ਪਰ ਮੈਂ ਡਾਇਲੋਗ ਪੂਰੀ ਤਰ੍ਹਾਂ ਭੁੱਲ ਗਿਆ ਹੋਇਆ ਸੀ ਜੀ, ਅਤੇ ਉਸ ਵੇਲੇ ਮੈਂ ਆਪਣੇ ਨਾਲ ਡਾਇਰੈਕਟਰ ਸੀ ਨਾ, ਉਹਨੂੰ ਉੱਦਾਂ ਹੀ ਨਾ ਧੱਕਾ ਧੁੱਕਾ ਮਾਰਤਾ ਅਤੇ ਉਹ ਡਿੱਗ ਪਿਆ, ਉੱਥੇ ਬਹਿ ਗਈ ਕੋਮੇਡੀ ਥੋੜ੍ਹੀ ਜਿਹੀ ਜੀ। ਬਸ ਉਸ ਹਿਸਾਬ ਨਾਲ ਜਦੋਂ ਉਹ ਡਿੱਗਿਆ ਨਾ ਉੱਥੇ ਆ ਕੇ, ਉਹਨੇ ਆਪਣਾ ਅਗਲਾ ਡਾਇਲੋਗ ਜਦੋਂ ਵੀ ਬੋਲਿਆ ਨਾ, ਉਸ ਮੈਨੂੰ ਡਾਇਲੋਗ ਥੋੜ੍ਹਾ ਯਾਦ ਆ ਗਿਆ, ਮਤਲਬ ਆਡੀਅੰਸ ਨੂੰ ਪਤਾ ਨਹੀਂ ਲੱਗਾ ਜੀ, ਪਰ ਮੈਨੂੰ ਪਤਾ ਸੀ ਕਿ ਜੋ ਇੰਸੀਡੈਂਟ ਹੋ ਗਿਆ। ਹਾਂਜੀ ਹਾਂਜੀ ਜੀ, ਠੀਕ ਹੈ। ਅਤੇ ਸਰ, ਤੁਸੀਂ ਸ਼ੋਰਟ ਮੂਵੀਜ਼ ਵੀ ਕਰਦੇ ਹੋ ਜਿੱਦਾਂ ਹੈ ਨਾ, ਯੂਟਿਊਬ 'ਤੇ ਤੁਹਾਡੀ ਚੱਲ ਰਹੀ ਹੈ ਸੀਰੀਜ਼ ਹਲੇ? ਹਾਂਜੀ ਹਾਂਜੀ, ਕੱਲ੍ਹ ਲਾਸਟ ਐਪੀਸੋਡ ਆਇਆ ਜੀ ਹਾਰਡਕੋਰ ਸ਼ਰਾਬੀ ਦਾ। ਹਾਂਜੀ, ਅਤੇ ਉਹਦੇ ਬਾਰੇ ਥੋੜ੍ਹੀ ਜਾਣਕਾਰੀ ਦਿਓ, ਉਹਦਾ ਕੀ ਕਰੈਕਟਰ ਸੀ, ਉਹ ਮੂਵੀ ਕਿਸ ਬਾਰੇ ਸੀ? ਐਕਚੁਅਲੀ ਹਾਰਡਕੋਰ ਸ਼ਰਾਬੀ ਨਾ ਇੱਕ ਮਤਲਬ ਕਿ ਇੱਕ ਜਿੱਦਾਂ ਟੀਨੇਜਰ ਲਾ ਲਓ, ਉਹਦੀ ਇੱਕ ਸਟਰਗਲ ਸੀ ਕਿ ਉਹਦੇ ਸੁਪਨੇ ਪੂਰਾ ਕਰਨਾ ਚਾਹੁੰਦਾ, ਕਿ ਉਹਦੀ ਜ਼ਿੰਦਗੀ 'ਚ ਕੀ ਅੜਚਣਾਂ ਆਉਂਦੀਆਂ ਨੇ, ਸਟੇਜਿਸ ਦਿਖਾਈਆਂ ਗਈਆਂ। ਉਹ ਸਟੋਰੀ ਇੱਦਾਂ ਸੀ ਕਿ ਇੱਕ ਮੁੰਡਾ ਮਤਲਬ ਕਿ ਕੁੜੀ ਦਾ ਪਿਆਰ ਕਰਦਾ, ਅਤੇ 2-3 ਮੁੰਡੇ ਉਹਨਾਂ ਲੱਗਣ ਲੱਗ ਪੈਂਦੇ ਆ ਕਾਲਜ ਵਿੱਚ, ਅਤੇ ਉਹ ਉਹਨਾਂ ਦੋਨਾਂ ਦੀ ਨਾ ਮਤਲਬ ਕਿ ਬ੍ਰੇਕਅਪ ਕਰਵਾਉਣਾ ਚਾਹੁੰਦੇ ਆ, ਅਤੇ ਉੱਦਾਂ ਹੀ ਮੁੰਡੇ ਨੂੰ ਨਾ ਬਦਨਾਮ ਕਰਨਾ ਚਾਹੁੰਦੇ ਕਿ ਇੱਦਾਂ ਦੀ ਸਿਚੁਏਸ਼ਨ ਪੈਦਾ ਕਰਦੇ ਕਿ ਉਹਦਾ ਬ੍ਰੇਕਅਪ ਹੋ ਜਾਂਦਾ, ਅਤੇ ਮੁੰਡਾ ਸ਼ਰਾਬ 'ਤੇ ਲੱਗ ਜਾਂਦਾ ਜੀ, ਉਹੀ ਮੁੰਡੇ ਲਾਉਂਦੇ ਉਹਨੇ ਸ਼ਰਾਬ 'ਤੇ, ਅਤੇ ਉਹ ਜਿਹੜੇ ਸ਼ਰਾਬ ਤੋਂ ਉਹਨੂੰ ਲਾਉਂਦੇ ਨੇ, ਉਹ ਕਰੈਕਟਰ ਮੇਰਾ ਸੀ, ਮਤਲਬ ਕਿ ਨੈਗੇਟਿਵ ਕਰੈਕਟਰ ਮੇਰਾ ਸੀ ਉਸ 'ਚ, ਮਤਲਬ ਕਰੈਕਟਰ ਮੇਰਾ ਉਸ 'ਚ ਹੀ ਮੈਂ ਅਸਲੀ 'ਚ ਇੱਦਾਂ ਦੇ ਨਹੀਂ। ਐਕਸਪੀਰੀਅੰਸ ਕਿਹੋ ਜਿਹਾ ਰਿਹਾ ਉਹ ਸੀਰੀਜ਼ ਕਰਕੇ, ਮੂਵੀ ਕਰਕੇ? ਐਕਸਪੀਰੀਅੰਸ ਇੱਦਾਂ ਦਾ ਕਿ ਬਹੁਤ ਕੁਝ ਨਵਾਂ ਕੁਝ ਸਿੱਖਣ ਨੂੰ ਮਿਲਿਆ ਜੀ, ਨਾਲੇ ਮੈਂ ਇੰਜੋਏ ਬਹੁਤ ਕੀਤਾ ਜੀ ਸਾਰਿਆਂ ਨਾਲ, ਮਤਲਬ ਮੈਂ ਕੈਮਰਾ ਐਕਟਿੰਗ ਘੱਟ ਕੀਤੀ ਆ ਜੀ, ਮੈਂ ਜ਼ਿਆਦਾ ਥੀਏਟਰ ਕਰਦਾ, ਮੈਂ ਥੀਏਟਰ ਕਾਫੀ ਕੀਤਾ, ਸਟੇਜ
ਤੇ ਸਰ ਤੁਸੀਂ ਜਿੱਦਾਂ ਸ਼ਾਰਟ ਮੂਵੀਜ਼ ਕੀਤੀਆਂ ਹੈ ਨਾ, ਐਜ਼ ਅ ਥੀਏਟਰ ਆਰਟਿਸਟ ਵੀ ਤੁਸੀਂ ਕੰਮ ਕੀਤਾ ਹੈ ਨਾ, ਤੇ ਥੋੜੀ ਜਿਹੀ ਐਕਟਿੰਗ ਫਿਰ ਸਾਨੂੰ ਇੱਥੇ ਕਰਕੇ ਦਿਖਾਓ। ਜਦੋਂ ਮੈਂ ਕਰਾਂ ਤੇ ਮੁਜਰਿਮ ਅਸੀਂ ਬਾਪੂ ਜੀ ਨੂੰ ਮਾਰਤਾ ਕਹਿੰਦੇ ਅੱਤਵਾਦੀ ਸੀ, ਉਹ ਪਿੰਡ ਮੇਰਾ, ਘਰ ਮੇਰਾ, ਪੈਲੀ ਮੇਰੀ, ਤੇ ਮੈਂ ਹੀ ਲੁਕਦਾ ਫਿਰਾਂ, ਭਲਾ ਹੈ ਕਿੱਥੋਂ ਇਨਸਾਫ ਹੋਇਆ। ਦੋ ਕੰਮ ਮੈਂ ਨਿੱਤ ਕਰਦਾ ਥਾਣੇਦਾਰਾ, ਨਾਮ ਜਪਣਾ ਤੇ ਕੇਸ਼। ਜ਼ੋਰ ਤਾਂ ਮੇਰੇ 'ਚ ਬਹੁਤ ਆ, ਕਦੇ ਅਜ਼ਮਾ ਕੇ ਦੇਖ ਲਈ। ਜੇ ਮੈਂ ਚੀਕ ਪਿਆ ਮੈਂ ਆਪਣੇ ਪਿਓ ਦਾ ਨਹੀਂ, ਜੇ ਤੂੰ ਮੇਰੇ ਚੀਕਾਂ ਨਾ ਕਢਾ ਸਕਿਆ ਤਾਂ ਤੂੰ ਆਪਣੇ ਪਿਓ ਦਾ ਨਹੀਂ। ਜਦੋਂ ਤੁਸੀਂ ਇਸ ਫੀਲਡ ਵਿੱਚ ਆਏ ਹੈ ਨਾ, ਤੁਹਾਨੂੰ ਦੱਸਿਆ ਤੁਹਾਨੂੰ 5-6 ਸਾਲ ਹੋ ਗਏ, 6 ਸਾਲ ਹੋ ਗਏ, ਹਾਂਜੀ, ਤੇ ਤੁਹਾਨੂੰ ਕਿਹੜੀ ਕਿਹੜੀ ਪ੍ਰੋਬਲਮਸ ਦਾ ਸਾਹਮਣਾ ਕਰਨਾ ਪਿਆ? ਸਭ ਤੋਂ ਪਹਿਲਾਂ ਤਾਂ ਘਰ ਦੇ ਕਹਿੰਦੇ ਕਿ ਕਿਹੜੇ ਚੱਕਰ 'ਚ ਬਹਿ ਗਏ, ਮਤਲਬ ਜੀ ਉਹਨਾਂ ਵਾਸਤੇ ਤਾਂ ਇਹ ਕੰਜਰਖਾਨਾ ਹੀ ਹੈਗਾ ਜੀ, ਫੈਮਿਲੀ ਵੱਲੋਂ ਸਪੋਰਟ ਨਹੀਂ ਸੀ। ਹਾਂਜੀ, ਹਜੇ ਵੀ ਨਹੀਂ ਕਰਦੇ, ਵਿੱਚ ਵਿੱਚ ਕਈ ਮੌਕੇ ਕਹਿ ਦਿੰਦੇ ਕਿ ਚਲੋ ਕਰ, ਫਿਰ ਮਤਲਬ ਜਿੱਦਾਂ ਕੋਈ ਰਿਸ਼ਤੇਦਾਰ ਉੱਦਾਂ ਦੇ ਜਾਂ ਗਲੀ ਮੁਹੱਲੇ ਵਾਲੇ ਕੁਛ ਕਹਿ ਦਿੰਦੇ ਉੱਦਾਂ ਦੀ ਗੱਲ ਕਿ ਮਤਲਬ ਵਿਹਲੇ ਘੁੰਮਦੇ ਪਏ ਨੇ, ਕੁਛ ਕਰਦੇ ਨਹੀਂ ਪਏ, ਕਿ ਇਹ ਕਿਹ ਕੰਮ 'ਚ ਪੈ ਗਿਆ, ਫਿਰ ਥੋੜ੍ਹਾ ਬਹੁਤ ਕਹਿੰਦੇ ਨੇ, ਮਤਲਬ ਉਹਨਾਂ ਦੀ ਵੀ ਗਲਤੀ ਨਹੀਂ ਹੈਗੀ, ਪਰ ਜ਼ਿਆਦਾਤਰ ਥੀਏਟਰ ਦੇ ਜਿਹੜੇ ਕਲਾਕਾਰ ਹੁੰਦੇ ਉਹਨਾਂ 'ਚ ਲਾਈਫ ਇੱਦਾਂ ਚੱਲਦੀ ਹੈ ਜੀ। ਉਹ ਤਾਂ ਹੈ। ਅਤੇ ਸਰ ਤੁਹਾਨੂੰ ਐਜ਼ ਅ ਥੀਏਟਰ ਆਰਟਿਸਟ ਹੈ ਔਰ ਸ਼ੋਰਟ ਮੂਵੀਜ਼, ਦੋਨਾਂ ਵਿੱਚ ਹੁੰਦੀ ਤਾਂ ਐਕਟਿੰਗ ਹੀ ਹੈ, ਬਟ ਡਿਫਰੈਂਸ ਥੋੜ੍ਹਾ ਬਹੁਤ ਤੁਹਾਨੂੰ ਕੀ ਲੱਗਦਾ ਦੋਨਾਂ ਵਿੱਚ ਕੰਮ ਕਰਨ 'ਚ ਕਿੰਨਾ ਕੁ ਡਿਫਰੈਂਸ ਹੈ? ਡਿਫਰੈਂਸ ਇੰਨਾ ਹੁੰਦਾ ਕਿ ਜਿਹੜਾ ਆਪਾਂ ਥੀਏਟਰ ਕਰਦੇ ਹਾਂ, ਮਤਲਬ ਕਿ ਸਾਨੂੰ ਬਹੁਤ ਜ਼ਿਆਦਾ ਲਾਊਡ ਬੋਲਣਾ ਪੈਂਦਾ ਕਿ ਕਾਫੀ ਆਡੀਅੰਸ ਦੂਰ ਤੱਕ ਬੈਠੀ ਹੁੰਦੀ, ਕਿ ਸਾਨੂੰ ਕੋਈ ਸਿਰਫ ਕੈਪਚਰ ਹੁੰਦੇ ਥੱਲੇ ਅਤੇ ਕੋਈ ਮਾਈਕ ਨਹੀਂ ਹੁੰਦਾ, ਕੋਲਰ ਮਾਈਕ ਨਹੀਂ ਹੁੰਦਾ, ਅਤੇ ਜਿਹੜਾ ਆਪਾਂ ਫਿਲਮ ਲੈਂਚ ਕਰੋ ਉਸ ਬਾਅਦ 'ਚ ਡਬਿੰਗ ਕਰਨੀ ਹੁੰਦੀ ਹੈ, ਉਸ ਵੇਲੇ ਡਾਇਲੋਗਸ ਰਿਕਾਰਡਸ ਹੋ ਜਾਂਦੇ ਪਰ ਡਬਿੰਗ ਬਾਅਦ 'ਚ ਕਰਨੀ ਹੁੰਦੀ ਹੈ, ਤਾਂ ਉਹਨਾਂ 'ਚ ਮੇਨ ਇਹ ਹੁੰਦਾ ਕਿ ਜਿਹੜਾ ਥੀਏਟਰ ਹੁੰਦਾ ਥੋੜ੍ਹਾ ਡਰਮੈਟਿਕ ਕਰਨਾ ਪੈਂਦਾ ਅਤੇ ਜਿਹੜਾ ਕੈਮਰਾ ਐਕਟਿੰਗ ਉਹ ਥੋੜ੍ਹੀ ਰੀਅਲਿਸਟਿਕ ਹੋਣੀ ਚਾਹੀਦੀ ਹੈ, ਬਾਕੀ ਦੋਨਾਂ ਇਹ ਹੁੰਦੀ ਦੋਨਾਂ 'ਚ ਐਕਟਿੰਗ ਹੀ। ਵੈਸੇ ਸਾਨੂੰ ਅੱਜ ਕੱਲ੍ਹ ਆਡੀਅੰਸ ਜਿਹੜੇ ਆਮ ਪਰਸਨ ਨੇ ਉਹਨਾਂ ਨੂੰ ਡਬਿੰਗ ਬਾਰੇ ਨਹੀਂ ਪਤਾ, ਹਾਂਜੀ, ਪੋਸਟ ਪ੍ਰੋਡਕਸ਼ਨ ਕੀ ਹੁੰਦਾ ਅਤੇ ਥੋੜ੍ਹਾ ਜਿਹਾ ਉਹਦੇ ਬਾਰੇ ਵੀ ਦੱਸ ਦਿਓ। ਡਬਿੰਗ ਹੈ, ਡਬਿੰਗ ਮੈਂ ਜਿੱਦਾਂ ਪਹਿਲੀ ਵਾਰ ਕੀਤੀ ਸੀ ਮੈਨੂੰ ਬਹੁਤ ਔਖਾ ਲੱਗਾ ਸੀ, ਕਿਉਂਕਿ ਆਪਾਂ ਜਦੋਂ ਸੀਨ ਵਿੱਚ ਹੋਈਦਾ ਤਾਂ ਉਸ ਵੇਲੇ ਸਾਡੇ ਜਿਹੜੇ ਇਮੋਸ਼ਨਸ ਹੁੰਦੇ ਨੇ ਉਸ ਵੇਲੇ ਨਿਕਲ ਕੇ ਆ ਜਾਂਦੇ ਨੇ, ਪਰ ਡਬਿੰਗ ਵੇਲੇ ਸਾਨੂੰ ਕਮਰਾ ਮਿਲਦਾ, ਇੱਕ ਮਾਈਕ ਲੱਗਣ ਦਾ ਅੱਗੇ, ਤਾਂ ਉਹੀ ਇਮੋਸ਼ਨ ਸਾਨੂੰ ਦੁਬਾਰਾ ਬੋਲਣਾ ਪੈਂਦਾ ਉਹਨਾਂ ਵਿੱਚ ਮਾਈਕ ਵਿੱਚ, ਤਾਂ ਥੋੜ੍ਹਾ ਔਖਾ ਹੁੰਦਾ, ਪਰ ਮੇਨ ਗੱਲ ਪ੍ਰੈਕਟਿਸ ਹੈਗੀ ਹੈ, ਪ੍ਰੈਕਟਿਸ ਮੇਕ ਅ ਮੈਨ ਪਰਫੈਕਟ। ਜੀ ਬਿਲਕੁਲ ਸਰ। ਜੇ ਜਿੱਦਾਂ ਸੋਸ਼ਲ ਮੀਡੀਆ, ਹਾਂਜੀ, ਜਿੱਦਾਂ ਯੂਟਿਊਬ ਤੁਹਾਡਾ ਵੀ ਸੀਰੀਜ਼ ਹੈ ਨਾ, ਉੱਥੇ ਚੱਲਦੀ ਹੈ, ਅਤੇ ਇੱਕ ਕਲਾਕਾਰ ਲਈ, ਪੰਜਾਬੀ ਕਲਾਕਾਰ ਲਈ, ਸਾਡੀ ਪੰਜਾਬੀ ਇੰਡਸਟਰੀ ਲਈ ਸੋਸ਼ਲ ਮੀਡੀਆ ਕਿੰਨਾ ਹੈਲਪਫੁਲ ਹੈ? ਸੋਸ਼ਲ ਮੀਡੀਆ ਇੱਕ ਨਾ ਪਲੇਟਫਾਰਮ ਦੇ ਦਿੱਤਾ ਸਾਰਿਆਂ ਨੂੰ ਨਾ, ਜਿੱਦਾਂ ਇੱਕ ਫਰੀ ਪਲੇਟਫਾਰਮ ਹੈਗਾ ਕਿ ਮਤਲਬ ਜਿਹੜਾ ਫਾਈਨੈਂਸ਼ੀਅਲ ਕੰਡੀਸ਼ਨ ਇੰਨੀ ਵਧੀਆ ਨਹੀਂ ਹੈਗੀ ਕਿ ਟੀ ਵੀ 'ਚ ਨਹੀਂ ਪ੍ਰਮੋਟ ਨਹੀਂ ਕਰ ਸਕਦਾ ਆਪਣੇ ਆਪ ਨੂੰ, ਉਹ ਯੂਟਿਊਬ ਹੋ ਗਿਆ, ਫੇਸਬੁੱਕ, ਇੰਸਟਾਗ੍ਰਾਮ ਉੱਤੇ ਆਪਣਾ ਮਤਲਬ ਟੈਲੈਂਟ ਸ਼ੋਅ ਕਰ ਸਕਦੇ ਨੇ, ਜਿਹਨਾਂ ਨਾਲ ਉਹ ਲੋਕ ਜੋੜ ਸਕਦੇ ਆਪਣੇ ਨਾਲ, ਅਤੇ ਥੋੜ੍ਹਾ ਮਤਲਬ ਕਿ ਨਾਮ ਕਮਾ ਸਕਦੇ ਨੇ, ਕਈ ਪੈਸਾ ਹੀ ਬਹੁਤ ਕਮਾ ਰਹੇ ਯੂਟਿਊਬ 'ਤੇ ਅੱਜ ਕੱਲ੍ਹ, ਟੀ ਵੀ 'ਚ ਉਹਨਾਂ ਪੈਸਾ ਨਹੀਂ ਜਿੰਨਾ ਯੂਟਿਊਬ 'ਤੇ ਕਮਾ ਰਹੇ ਬੰਦੇ, ਅਤੇ ਬਾਕੀ ਇੱਦਾਂ ਹੀ ਪਲੇਟਫਾਰਮ ਵਧੀਆ ਦਿੱਤਾ ਹੋਇਆ ਸੋਸ਼ਲ ਮੀਡੀਆ ਨੇ। ਅਤੇ ਸਰ ਜਿੱਦਾਂ ਤੁਸੀਂ ਯੂਥ ਫੈਸਟੀਵਲਸ ਵੀ ਕਰਦੇ ਹੋਣੇ ਹੈ ਨਾ? ਹਾਂਜੀ, ਮੈਂ ਕਾਲਜ ਲੈਵਲ ਤੇ ਕਾਫੀ ਕੀਤਾ। ਹਾਂਜੀ, ਤੇ ਉਹਦਾ ਕਿਹੋ ਜਿਹਾ ਐਕਸਪੀਰੀਅੰਸ ਰਹਿੰਦਾ, ਜਾਂ ਉਹਦੇ ਤੁਹਾਡਾ ਕਿਹੋ ਜਿਹਾ ਕਰੈਕਟਰ, ਕਿਹੋ ਜਿਹਾ ਕਰੈਕਟਰ ਤੁਸੀਂ ਕਰਨਾ ਜ਼ਿਆਦਾ ਪਸੰਦ ਕਰਦੇ ਹੋ? ਕਰੈਕਟਰ ਤਾਂ ਕੋਈ ਵੀ ਹੋਵੇ ਮੈਂ ਕਰਨਾ ਪਸੰਦ ਕਰਦਾ ਵਾਂ, ਪਰ ਜਿਹੜਾ ਮੇਨ ਕਰੈਕਟਰ ਮੇਰਾ ਹੈਗਾ ਇੱਕ ਨੈਗੇਟਿਵ ਹੋ ਗਿਆ ਜੀ, ਇੱਕ ਮੈਨੂੰ ਡੋਨ ਬਣਨ ਦਾ ਬਹੁਤ ਸ਼ੌਂਕ ਹੈਗਾ ਜੀ, ਕਿ ਮੈਂ ਕਾਫੀ ਵਾਰੀ ਪਲੇਅ 'ਚ ਡੋਨ ਵੀ ਬਣਿਆ, ਕਾਮੇਡੀ ਮੈਂ ਬਹੁਤ ਕਰਦਾ ਵਾਂ, ਸੀਰੀਅਸ ਵੀ ਬਹੁਤ ਕਰਦਾ ਵਾਂ, ਪਰ ਮੇਨ ਮੇਰਾ ਜਿਹੜਾ ਫੋਕਸ ਹੁੰਦਾ ਇਹ ਕਿ ਨੈਗੇਟਿਵ ਹੋ ਗਿਆ, ਡੋਨ ਹੋ ਗਿਆ, ਕੋਈ ਅਦਰ ਕਰੈਕਟਰ ਕਰਨ ਦਾ ਮੈਨੂੰ ਬਹੁਤ ਪਸੰਦ, ਮਜ਼ਾ ਆਉਂਦਾ ਕਰਨ। ਸਰ ਤੁਸੀਂ ਐਜ਼ ਅ ਐਕਟਰ ਆਏ ਹੈ ਨਾ, ਹਾਂਜੀ, ਤੇ ਤੁਸੀਂ ਕਿਉਂ ਸੋਚਿਆ ਕਿ ਤੁਹਾਨੂੰ ਇੱਕ ਐਕਟਰ ਬਣਨਾ ਚਾਹੀਦਾ, ਇਹਦੇ ਪਿੱਛੇ ਕੀ ਮਕਸਦ ਸੀ? ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਪਹਿਲਾਂ ਮੇਰਾ ਐਕਟਰ ਬਣਨ ਦਾ ਮਕਸਦ ਨਹੀਂ ਸੀ, ਅਤੇ ਮੈਂ ਕ੍ਰਿਕਟ ਖੇਡਦਾ ਸੀ, ਅਤੇ ਫਿਰ ਉਸ ਤੋਂ ਬਾਅਦ ਮੈਂ ਕ੍ਰਿਕਟ ਛੱਡਤਾ, ਮੈਂ ਫਿਲਮ ਤਾਂ ਮੈਂ ਸ਼ੁਰੂ ਤੋਂ ਦੇਖਦਾ ਸੀ, ਅਤੇ ਮਤਲਬ ਮੈਂ ਫਿਲਮਾਂ ਦੇਖ ਦੇਖ ਕੇ ਹਰ ਕੋਈ ਚਾਹੁੰਦਾ ਕਿ ਮੈਂ ਅਦਾ ਕਰਾਂ, ਮਤਲਬ ਘਰ ਕਰਦਾ ਰਹਿੰਦਾ, ਫਿਰ ਜਦ ਮੈਂ ਕ੍ਰਿਕਟ ਛੱਡਤਾ ਉਸ ਤੋਂ ਬਾਅਦ ਮੈਂ ਸੋਚਿਆ ਕਿ ਮੈਂ ਕਿਹੜੀ ਫੀਲਡ ਵਿੱਚ ਅੱਗੇ ਜਾਵਾਂ, ਫਿਰ ਇੱਦਾਂ ਮੈਂ ਦੇਖਿਆ, ਮੈਂ ਕਿਹਾ ਐਕਟਿੰਗ ਕਰ ਲੈਣੇ, ਐਕਟਿੰਗ ਸੌਖਾ ਵੀ ਹੋਣਾ, ਚਲੋ ਕੋਈ ਗੱਲ ਨਹੀਂ ਕਰ ਲੈਂਦੇ ਹਾਂ, ਕਰਕੇ ਦੇਖ ਲੈਂਦੇ, ਕਰ ਹੀ ਲਵਾਂਗੇ ਆਪਾਂ, ਬਾਕੀ ਸਾਰੇ ਕਰਦੇ ਪਏ ਤੇ ਇੱਦਾਂ ਮੈਂ ਪਹੁੰਚ ਗਿਆ ਯੂਵਾ ਥੀਏਟਰ ਵੱਲ, ਥੀਏਟਰਿੰਗ ਸਿੱਖਣ ਲਈ, ਕਿਉਂਕਿ ਮੈਂ ਜਿੰਨੇ ਵੀ ਐਕਟਰਸ ਜਿੰਨੇ ਵੀ ਮੈਂ ਦੇਖਦਾ ਸੀ ਉਹਨਾਂ ਦੇ ਸਾਰੇ ਦੀ ਮੈਂ ਬਾਇਓਗ੍ਰਾਫੀ ਪਹਿਲਾਂ ਪੜ੍ਹੀ, ਉਹ ਬਾਇਓਗ੍ਰਾਫੀ ਵਿੱਚ ਨਾ ਸਿਰਫ ਇੱਕ ਚੀਜ਼ ਕੋਮਨ ਨਿਕਲ ਗਈ, ਉਹ ਥੀਏਟਰ ਸੀ, ਕਿ ਹਰ ਕੋਈ ਪਹਿਲਾਂ ਥੀਏਟਰ ਕਰਕੇ ਹੀ ਇਸ ਲਾਈਨ 'ਚ ਆਇਆ, ਅਤੇ ਮੈਂ ਜਦੋਂ ਥੀਏਟਰ ਦੇਖਿਆ ਤਾਂ ਮੈਂ ਦੇਖਿਆ ਇਹ ਬਹੁਤ ਔਖਾ ਕੰਮ ਹੈ, ਅਤੇ ਮਤਲਬ ਇੱਦਾਂ ਬੋਲੀ ਜਾਣਾ, ਬਾਰ ਬਾਰ ਇੱਕੋ ਡਾਇਲੋਗਸ ਰਿਪੀਟ ਕਰੀ ਜਾਣੇ, ਅਤੇ ਫਿਰ ਮਤਲਬ ਉਹੀ ਪ੍ਰੈਕਟਿਸ ਮੈਂ ਬੈਠਾ, ਪਹਿਲਾਂ 2-3 ਮਹੀਨੇ ਤਾਂ ਸਿਰਫ ਬਹਿ ਕੇ ਦੇਖਦੇ ਰਹੇ ਉਹਨਾਂ ਨੂੰ, ਫਿਰ ਮਨ 'ਚ ਬੋਲਦਾ ਰਹਿੰਦਾ, ਦਿਮਾਗ 'ਚ ਬੋਲਦਾ ਰਹਿੰਦਾ ਸੀ, ਘਰ ਜਾ ਕੇ ਪ੍ਰੈਕਟਿਸ ਕਰਦਾ ਉਹ ਚੀਜ਼ ਨੂੰ, ਫਿਰ ਇੱਦਾਂ ਸਰ ਨੇ ਮੈਨੂੰ ਪਹਿਲਾ ਰੋਲ ਦਿੱਤਾ, ਪਹਿਲਾ ਰੋਲ ਮੇਰਾ ਸੀ, ਮੇਰਾ ਇੱਕੋ ਡਾਇਲੋਗ ਸੀ ਪਹਿਲੇ ਪਲੇਅ 'ਚ ਕਿ ਬਾਬੇ ਦਾ ਮੈਂ ਭਗਤ ਬਣਿਆ ਪਿਆ, ਬਾਬਾ ਬੈਠਾ ਅਤੇ ਮੈਂ ਸਿਰਫ ਪੈਸੇ ਰੱਖ ਕੇ ਐਨੀ ਗੱਲ ਕਹਿਣੀ ਹੈ ਜੈ ਬਾਬੇ ਦੀ, ਐਨੇ ਵਿੱਚ ਹੀ ਮੇਰੇ ਜਿਹੜਾ ਪਸੀਨੇ ਛੁੱਟ ਗਏ ਪੂਰੀ ਤਰ੍ਹਾਂ, ਕਹਿ ਕੇ ਮੈਂ ਵਾਪਸ ਚਲਾ ਗਿਆ ਘੁੰਮਦਾ ਵੀ ਇਹ ਆ ਕੇ,
ਮੈਨੂੰ ਜ਼ਿਆਦਾ ਕਿ ਹਜੇ ਤਾਂ ਮੈਂ ਫ੍ਰੀ ਹਾਂ, ਜੋਬ ਨਹੀਂ ਕਰਦਾ ਕਿ ਜਿੱਥੇ ਮਤਲਬ ਪਲੇ ਕਰਨ ਲਈ ਕੋਈ ਮੈਨੂੰ ਕਹਿੰਦਾ ਕਿ ਕੋਈ ਸਰ ਮੈਨੂੰ ਕਹਿ ਦੇਣ ਪਲੇ ਕਰਨਾ, ਜਾਂ ਕੋਈ ਮੇਰੇ ਯਾਰ ਦੋਸਤ ਕਹਿ ਕੇ ਸ਼ੋਰਟ ਮੂਵੀਸ ਕਰਨੀ ਹੈ, ਫਿਰ ਆਪਾਂ ਬਹਿ ਕੇ ਡਿਸਕਸ ਕਰ ਲਈਦਾ ਅਤੇ ਪੂਰਾ ਦਿਨ ਪਹਿਲਾਂ ਪ੍ਰੈਕਟਿਸ ਕਰੀਦੀ ਹੈ, ਤਾਂ ਮਤਲਬ ਆਪਣੇ ਕੰਮ 'ਚ ਲੱਗੇ ਰਹੀਦਾ ਕਿ ਯਾਰ ਤੋਂ ਜ਼ਿਆਦਾ ਕੋਸ਼ਿਸ਼ ਹੈ ਹੀ ਕਰੀਦੀ ਕਿ ਆਪਾਂ ਵਿਹਲੇ ਨਾ ਘੁੰਮੀਏ। ਹਾਂਜੀ ਅਤੇ ਯਾਰ ਜਿੱਦਾਂ ਅਸੀਂ ਬਚਪਨ ਤੋਂ ਵੇਖਦੇ ਹੁੰਦੇ ਹਾਂ ਟੀਵੀ 'ਚ ਕਿ ਵੱਡੇ ਹੋ ਕੇ ਅਸੀਂ ਇਹਨਾਂ ਵਰਗੇ ਬਣੀਏ ਜਾਂ ਇਹਨਾਂ ਵਰਗੀ ਐਕਟਿੰਗ ਕਰੀਏ, ਤੁਹਾਡਾ ਵੀ ਇੱਦਾਂ ਦਾ ਕੋਈ ਬਚਪਨ ਤੋਂ ਡ੍ਰੀਮ ਸੀ ਕਿ ਵੱਡੇ ਹੋ ਕੇ ਮੈਂ ਵੀ ਇਹਨਾਂ ਵਰਗਾ ਬਣਾ? ਮੈਂ ਤੁਹਾਨੂੰ ਦੱਸਿਆ ਜਿੱਦਾਂ ਮੈਂ ਸ਼ਾਹਰੁਖ ਖਾਨ ਨੂੰ ਨਾ ਬਹੁਤ ਜ਼ਿਆਦਾ ਮੈਂ ਕਰਦਾ ਸੀ, ਮੈਂ ਮਿਮਿਕਰੀ ਵੀ ਕਰਦਾ ਰਹਿੰਦਾ ਉਹਨਾਂ ਦੀ ਹੁੰਦਾ ਕਿਰਨ, ਅਤੇ ਕਾਫ਼ੀ ਮੈਂ ਉਹਨਾਂ ਦੀ ਫਿਲਮਾਂ ਦੇਖੀ, ਡਰ ਫਿਲਮ ਦੇਖੀ, ਉਸ ਤੋਂ ਬਾਅਦ ਸਭ ਤੋਂ ਪਹਿਲਾਂ ਇੰਸਪਾਇਰ ਮੈਂ ਉਦੋਂ ਆਇਆ ਜਦ ਮੈਂ ਓਮ ਸ਼ਾਂਤੀ ਓਮ ਦੇਖੀ ਸੀ ਜੀ। ਮੈਂ ਪੂਰੀ ਤਰ੍ਹਾਂ ਦਾ ਫੈਨ ਹੋ ਗਿਆ ਸੀ ਕਿ ਮੈਂ ਉਹੀ ਡਾਇਲੋਗ ਬੋਲਦਾ ਰਹਿੰਦਾ ਜਿਹੜਾ ਮਤਲਬ ਕਿ ਉਹ ਬੋਲਦੇ ਡਾਇਲੋਗ ਵਿੱਚ ਕਿ ਕਿਤਨੀ ਸ਼ਿੱਦਤ ਸੇ ਮੈਨੇ ਤੁਹਾਨੂੰ ਪਾਣੀ ਕੀ ਕੋਸ਼ਿਸ਼ ਕੀ ਹੈ, ਮੈਂ ਵੀ ਕੰਘਾ ਫੜ ਕੇ ਲੱਗਾ ਰਹਿਣਾ ਤਾਂ ਘਰਦੇ ਨੇ ਕੀ ਕਰਦਾ ਪਿਆ। ਬਸ ਇੱਦਾਂ ਕਰਦੇ ਕਰਦੇ ਮੈਂ ਇੰਨਾ ਜ਼ਿਆਦਾ ਇੰਸਪਾਇਰ ਹੋ ਗਿਆ ਕਿ ਜਦੋਂ ਮੈਂ ਐਕਟਿੰਗ 'ਚ ਆਇਆ ਨਾ, ਹੁਣ ਐਕਟਰ ਤਾਂ ਕਾਫ਼ੀ ਵਧੀਆ ਹੈਗੇ ਨੇ ਪਰ ਮੇਰਾ ਜਿਹੜਾ ਮੇਨ ਹੈਗਾ ਨਾ ਮਤਲਬ ਜਿਹਨਾਂ ਨੂੰ ਮੈਂ ਮੰਨਦਾ ਉਹ ਸ਼ਾਹਰੁਖ ਖਾਨ ਨੇ। ਸਰ ਜੀ ਗੱਲ ਕਰੀਏ ਫਿਊਚਰ ਪਲੈਨਿੰਗ ਦੀ, ਹਾਂਜੀ ਅੱਗੇ ਹੋਰ ਕੀ ਨਵਾਂ ਲੈ ਕੇ ਆ ਰਹੇ ਹੋ? ਨਵਾਂ ਇੱਦਾਂ ਕਿ ਇੱਕ ਮੇਰੀ ਇਨਫ ਸ਼ੋਰਟ ਮੂਵੀ ਆ ਰਹੀ ਹੋ, ਪਹਿਲਾਂ ਤਾਂ ਆਪਾਂ ਫੈਸਟੀਵਲਾਂ 'ਚ ਭੇਜਣੀ, ਉਸ ਤੋਂ ਬਾਅਦ ਯੂਟਿਊਬ 'ਚ ਪਾਵਾਂਗੇ ਆਪਾਂ, ਅਤੇ ਉਸ ਤੋਂ ਬਾਅਦ ਇੱਕ ਹੋਰ ਸ਼ੋਰਟ ਮੂਵੀ, ਉਹਦਾ ਨਾਮ ਅਜੇ ਡਿਸਾਈਡ ਨਹੀਂ ਹੋਇਆ ਹੈਗਾ, ਅਤੇ ਬਾਕੀ ਉਸ ਤੋਂ ਬਾਅਦ ਮੈਂ ਮੁੰਬਈ ਜਾਣ ਦਾ ਸੋਚ ਰਿਹਾ ਸੀ ਕਿ ਮੈਂ ਮਤਲਬ ਕਿ ਲੱਗਦਾ ਇਸ ਸਾਲ ਦੇ ਲਾਸਟ ਤੱਕ ਮੁੰਬਈ ਸ਼ਿਫਟ ਹੋਣਾ, ਅਤੇ ਮੈਂ ਹੁਣ ਜਿੱਦਾਂ ਮੇਰਾ ਜਿਹੜਾ ਮੇਨ ਡ੍ਰੀਮ ਹੈਗਾ ਬਿਗ ਸਿਨੇਮਾ ਹੈਗਾ ਕਿ ਮੈਂ ਵੱਡੇ ਪਰਦੇ 'ਤੇ ਆਵਾਂ, ਅਤੇ ਇਸ ਕਰਕੇ ਮੈਂ ਉੱਥੇ ਜਾ ਰਿਹਾ ਵਾਂ, ਅਤੇ ਬਾਕੀ ਫਿਊਚਰ ਪਲੈਨਸ ਇੰਨੀ ਹਜੇ ਤੱਕ ਤਾਂ ਇੰਨੀਆਂ ਹੀ ਨੇ, ਬਾਕੀ ਪਲੈਨਸ ਹੋਰ ਵੀ ਕਾਫ਼ੀ ਲੰਬੇ ਹੈਗੇ ਨੇ ਅਤੇ ਉਹ ਆਪਾਂ ਫਿਰ ਕਦੇ ਡਿਸਕਸ ਕਰ ਰਹੇ ਹਾਂ। ਜੀ ਸਰ, ਠੀਕ ਹੈ। ਅਤੇ ਸਰ ਜਾਂਦੇ ਹੋਏ ਸਾਡੇ ਦਰਸ਼ਕਾਂ ਨੂੰ ਅਤੇ ਸਾਡੀ ਯੂਥ ਨੂੰ ਕੀ ਮੈਸੇਜ ਦਿਓ? ਮੈਸੇਜ ਤਾਂ ਯੂਥ ਵੈਸੇ ਅੱਜ ਕੱਲ੍ਹ ਸਾਰੇ ਬਹੁਤ ਸਿਆਣੇ ਹੈਗੇ ਨੇ, ਅਤੇ ਬਸ ਮੈਂ ਇੰਨਾ ਹੀ ਕਹਿਣਾ ਚਾਹਾਂਗੀ ਜੋ ਵੀ ਤੁਸੀਂ ਜ਼ਿੰਦਗੀ 'ਚ ਕਰਨਾ ਚਾਹੁੰਦੇ ਹੋ, ਜੋ ਵੀ ਤੁਹਾਡਾ ਡ੍ਰੀਮ ਹੈਗਾ, ਉਹਦੇ ਨਾਲ ਨਾ ਫੋਕਸ ਰਹੋ, ਬਸ ਇੱਕ ਚੀਜ਼ 'ਤੇ ਫੋਕਸ, ਮਿਹਨਤ ਅਤੇ ਨਾਲੇ ਜਿਹੜੀ ਪ੍ਰੈਕਟਿਸ ਹੈਗੀ ਇੱਕ ਪੇਸ਼ੈਂਸ, ਇਹ ਚਾਰ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਹਮੇਸ਼ਾ ਬੰਦੇ 'ਚ ਹੋਣੀ ਚਾਹੀਦੀ। ਜੇ ਕਿ ਇਹਨੇ ਆਰਟਿਸਟ ਲਾਈਨ 'ਚ ਜਾਣਾ, ਮਤਲਬ ਕੋਈ ਵੀ ਲਾਈਨ 'ਚ ਜਾਣਾ, ਖਾਸ ਕਰ ਜਿਹੜੇ ਆਰਟਿਸਟ ਹੈਗੇ ਉਹਨਾਂ ਨੂੰ ਇਹ ਚੀਜ਼ ਫੋਕਸ, ਮਿਹਨਤ ਅਤੇ ਪੈਸ਼ਨ ਦੇ ਪ੍ਰਤੀ ਨਾਲੇ ਪੇਸ਼ੈਂਸ, ਇਹ ਚੀਜ਼ਾਂ ਹੋਣੀ ਚਾਹੀਦੀਆਂ ਉਹਦੇ 'ਚ। ਅਤੇ ਨਾਲੇ ਮੈਂ ਪੰਜਾਬ ਪਲੱਸ ਵਾਲਿਆਂ ਦਾ ਬਹੁਤ ਬਹੁਤ ਥੈਂਕ ਯੂ ਕਰਨਾ ਚਾਹੁੰਦਾ ਕਿ ਮੈਨੂੰ ਉਹਨਾਂ ਨੇ ਇਨਵਾਈਟ ਕੀਤਾ ਇੱਥੇ, ਇੰਨੇ ਕਾਬਿਲ ਸੀ ਨਹੀਂ ਅਜੇ ਪਰ ਤਾਂ ਵੀ ਉਹਨਾਂ ਨੇ ਇਨਵਾਈਟ ਕੀਤਾ, ਇੱਕ ਇਨਕਰੇਜਮੈਂਟ ਮਿਲੀ ਮੈਨੂੰ ਕਾਫ਼ੀ। ਅਤੇ ਸਰ ਸਾਨੂੰ ਵੀ ਬਹੁਤ ਵਧੀਆ ਲੱਗਿਆ ਸੀ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਸ਼ੋਅ ਵਿੱਚ ਆਉਣ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ।